ਦੇਖੋ ਅਜਨਾਲਾ ਦੇ ਪਿੰਡ ਬਲ ਭੱਲੇ ਦਰਿਆ ਵਿਖੇ ਇੱਕ ਹੋਰ ਧੀ ਚੜੀ ਦਹੇਜ ਦੀ ਬਲੀ। ਲਾਲਚੀ ਸਹੁਰਿਆਂ ਨੇ ਆਪਣੀ ਨੂੰਹ ਉਤਾਰੀ ਮੌਤ ਦੇ ਘਾਟ। ਇਹ ਸਹੁਰੇ ਚੰਗੇ ਨਹੀਂ ਪਏ, ਬਿਮਾਰੀ ਬਹੁਤ ਭੈੜੀ ਲੱਗੀ, ਇਲਾਜ ਨਹੀਂ ਕਰਾਇਆ। ਅਸੀਂ ਮਰੀ ਨੂੰ ਉਹ ਤੋਂ ਚੁੱਕ ਕੇ ਲਿਆਏ ਹਾਂ, ਨਨਾਣ ਬਹੁਤ ਬੋਲਦੀ। ਇਹਨਾਂ ਨੂੰ ਤੇ 3 ਸਾਲ ਉਹਨਾਂ ਦੇ ਘਰ ਬਿਮਾਰ ਹੋਈ ਨੂੰ ਹੋਏ ਆ। ਇਹ ਨਕੋਰੀਏ ਦਾ ਨੁਕਸ ਸੀ, ਰਸੌਲੀ ਮੇਰੀ ਧੀ ਨੇ ਜਦੋਂ ਆਪਰੇਸ਼ਨ ਕਰਾਇਆ ਸੀ, ਰਸੌਲੀ ਚੈੱਕ ਕਰਾਈ, ਆਪਣੇ ਕੋਲੋਂ ਭਰਾਵਾਂ ਨੇ ਪੈਸੇ ਦਿੱਤੇ ਅਤੇ ਚੈੱਕ ਕਰਾਈ। ਫਿਰ ਬਾਅਦ 'ਚ ਉਹਨਾਂ ਕੇਅਰ ਨਹੀਂ ਕੀਤੀ, ਬੜਾ ਆਉਂਦੇ ਰਹੇ ਆ। ਉਹਨਾਂ ਨੂੰ ਪੈਸੇ ਨਹੀਂ ਲਾਏ, ਪੈਸੇ ਭਰਾ ਦਿੱਤੇ ਅਤੇ ਚੈੱਕ ਕਰਾਈ, ਉਹਨਾਂ ਨਾਂ ਹੀ ਨਹੀਂ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਬੇਸ਼ੱਕ ਸਰਕਾਰਾਂ ਜਿੰਨਾ ਮਰਜ਼ੀ ਜ਼ੋਰ ਲਗਾ ਲੈਣੀਆਂ, ਸਮਾਜ ਸੇਵੀ ਸੰਸਥਾਵਾਂ ਲੋਕਾਂ ਨੂੰ ਜਿੰਨਾ ਮਰਜ਼ੀ ਜਾਗਰੂਕ ਕਰ ਲੈਣ ਕਿ ਦਹੇਜ ਪ੍ਰਥਾ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ, ਜਿਸ ਦੇ ਚੱਲਦਿਆਂ ਕਈ ਲੋਕ ਬੜੇ ਢੋਂਗ ਵੀ ਕਰਦੇ ਨੇ ਕਿ ਉਹ ਨਾ ਦਹੇਜ ਲੈਣਾ ਪਸੰਦ ਕਰਦੇ ਨੇ ਤੇ ਨਾ ਹੀ ਦੇਣਾ ਪਸੰਦ ਕਰਦੇ ਨੇ, ਪਰ ਫਿਰ ਵੀ ਅੱਜ ਦਹੇਜ ਦੇ ਲੋਭੀ ਇਸ ਦੁਨੀਆਂ ਦੇ ਵਿੱਚ ਪੂਰੀ ਤਰ੍ਹਾਂ ਕਾਇਮ ਨੇ, ਜਿਸ ਦੀਆਂ ਤਸਵੀਰਾਂ ਆਏ ਦਿਨ ਸਾਨੂੰ ਵੇਖਣ ਨੂੰ ਮਿਲਦੀਆਂ ਨੇ, ਜਿੱਥੇ ਅੱਜ ਵੀ ਧੀਆਂ ਨੂੰ ਦਹੇਜ ਦੀ ਬਲੀ ਚੜਾਇਆ ਜਾਂਦਾ ਹੈ। ਹਾਲ ਹੀ ਦੇ ਵਿੱਚ ਤਾਜ਼ਾ ਮਾਮਲਾ ਅਜਨਾਲਾ ਦੇ ਪਿੰਡ ਬੱਲਾ ਭੱਲੇ ਦਰਿਆ ਤੋਂ ਸਾਹਮਣੇ ਆਇਆ, ਜਿੱਥੇ ਇੱਕ ਵਿਆਹਤਾ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ। ਇਸ ਸੰਬੰਧੀ ਮ੍ਰਿਤਕ ਸੰਦੀਪ ਕੌਰ ਦੇ ਪਿਤਾ ਬਲਕਾਰ ਸਿੰਘ ਵਾਸੀ ਸਾਹੂਵਾਲ ਅਤੇ ਉਸ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 6 ਸਾਲ ਪਹਿਲਾਂ ਗੁਰਜੰਟ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬਲ ਭੱਲੇ ਦਰਿਆ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਸਹੁਰਾ ਪਰਿਵਾਰ ਸੰਦੀਪ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਏ ਸਨ ਅਤੇ ਦਹੇਜ ਹੋਰ ਲਿਆਉਣ ਲਈ ਦਬਾਅ ਬਣਾ ਕੇ ਕੁੱਟਮਾਰ ਕੀਤੀ ਜਾਂਦੀ ਸੀ, ਜਿਸ ਦੇ ਚੱਲਦਿਆਂ ਉਹਨਾਂ ਸ਼ੱਕ ਜਤਾਇਆ ਹੈ ਕਿ ਸੰਦੀਪ ਨੂੰ ਉਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ ਤੇ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਦਵਾਈ ਪਿਲਾ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ, ਜਿਸ ਕਾਰਨ ਉਸਦੀ ਮੌਤ ਹੋਈ ਹੈ। ਪੁਲਿਸ ਅੱਗੇ ਮੰਗ ਕੀਤੀ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਕੇ ਪਰਿਵਾਰ ਨੂੰ ਇਨਸਾਫ ਦਿਲਵਾਇਆ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਾ ਤੁਹਾਡਾ ਕੌਣ ਆ, ਤੁਹਾਡੀ ਕੀ ਲੱਗਦੀ? ਇਹ ਮੇਰੀ ਬੇਟੀ ਆ। ਕੀ ਨਾਂ ਤੁਹਾਡਾ? ਜਸਵੀਰ ਕੌਰ। ਕੀ ਗੱਲ ਹੋਈ ਹੈ ਮਾਤਾ ਜੀ? ਇਹ ਸਹੁਰੇ ਚੰਗੇ ਨਹੀਂ ਪਏ, ਬਿਮਾਰੀ ਬਹੁਤ ਭੈੜੀ ਲੱਗੀ, ਇਲਾਜ ਨਹੀਂ ਕਰਾਇਆ। ਅਸੀਂ ਮਰੀ ਨੂੰ ਉਹ ਤੋਂ ਚੁੱਕ ਕੇ ਲਿਆਏ ਹਾਂ, ਨਨਾਣ ਬਹੁਤ ਬੋਲਦੀ, ਸੱਸ ਕਿਤੇ ਬੜੀ ਕੁੱਤੀ ਜਨਾਨੀ। ਕੀ ਗੱਲ, ਕਦੋਂ ਦੀ ਬਿਮਾਰ ਸੀ? ਇਹਨਾਂ ਨੂੰ ਤੇ 3 ਸਾਲ ਉਹਨਾਂ ਦੇ ਘਰ ਬਿਮਾਰ ਹੋਈ ਨੂੰ ਹੋਏ ਆ। ਇਹ ਕੀ ਬਿਮਾਰੀ ਕੀ ਮਾਤਾ ਜੀ? ਹਾਂਜੀ, ਕੀ ਬਿਮਾਰੀ ਕੀ ਸੀ? ਇਹ ਨਕੋਰੀਏ ਦਾ ਨੁਕਸ ਸੀ, ਰਸੌਲੀ ਮੇਰੀ ਧੀ ਨੇ ਜਦੋਂ ਆਪਰੇਸ਼ਨ ਕਰਾਇਆ ਸੀ, ਰਸੌਲੀ ਚੈੱਕ ਕਰਾਈ, ਆਪਣੇ ਕੋਲੋਂ ਭਰਾਵਾਂ ਨੇ ਪੈਸੇ ਦਿੱਤੇ ਅਤੇ ਚੈੱਕ ਕਰਾਈ। ਫਿਰ ਬਾਅਦ 'ਚ ਉਹਨਾਂ ਕੇਅਰ ਨਹੀਂ ਕੀਤੀ, ਬੜਾ ਆਉਂਦੇ ਰਹੇ ਆ। ਉਹਨਾਂ ਨੂੰ ਪੈਸੇ ਨਹੀਂ ਲਾਏ, ਪੈਸੇ ਭਰਾ ਦਿੱਤੇ ਅਤੇ ਚੈੱਕ ਕਰਾਏ, ਉਹਨਾਂ ਨਾਂ ਹੀ ਨਹੀਂ ਲਿਆ। ਹੁਣ ਕਿੰਨਾ 'ਚ ਕੀ ਗੱਲ ਹੋਈ ਇਹਨਾਂ ਨੂੰ? ਹੁਣ ਇਹੋ ਗੱਲ, ਹੋਰ ਗਿਆ ਜਿੱਤ ਗਿਆ, ਲੱਕ ਟੁੱਟ ਗਿਆ, ਪਾਣੀ ਪੈ ਪਏ, ਮੇਰੀ ਧੀ ਦਾ ਬੁਰਾ ਹਾਲ ਹੋ ਗਿਆ। ਮੇਰਾ ਨਾਮ ਬਲਕਾਰ ਸਿੰਘ, ਪਿੰਡ ਸੋਹਵਾਲ। ਮੈਂ ਬੇਟੀ ਆਪਣੀ ਬਲ ਦੇ ਦਰਿਆ ਵਿਆਹੀ ਸੀ ਸਰਦਾਰ ਗੁਰਜੰਟ ਸਿੰਘ ਵੱਲ, ਅਤੇ ਉਹ ਜਦੋਂ ਅਸੀਂ ਅਲਟਾ ਭਾਰ ਜੋ ਵੀ ਆ ਮੇਲੀਆਂ ਮੂਲੀਆਂ ਦਾ ਵੱਧ ਤੋਂ ਵੱਧ ਕੀਤਾ, ਉਹਨਾਂ ਨੇ ਉਸ ਕੁੜੀ ਨੂੰ ਜਦੋਂ ਗਈ ਹੈ ਤਾਂ ਕਿਤੇ ਆਂਢ ਗੁਆਂਢ ਜਾ ਕਿਤੇ ਪਿੰਡ 'ਚ ਕੋਈ ਗੱਡੀ ਆਉਂਦੀ ਸੀ ਨਾ, ਤਾਂ ਮਾਵਾਂ ਤਾਂ ਧੀਆਂ ਹੀ ਇਸ ਗੱਲ 'ਤੇ ਮਿਹਣੇ ਮਾਰਦੀਆਂ ਸੀ, ਫਲਾਣੇ ਦੀ ਗੱਡੀ ਆਈ ਹੈ, ਉਹਦੀ ਚੁੱਲਾ ਡੂਟ ਪੈਲੀ, ਸਾਡੀ 12 ਕਿਲੇ ਪੈਲੀ, 13 ਕਿਲੇ ਪੈਲੀ ਹੈ, ਅਤੇ ਉਸ ਗੱਲ ਕੁੜੀ ਨੂੰ ਪਰੇਸ਼ਾਨ ਕਰਦੇ ਸੀ। ਮੁੜ ਕੇ ਇਸੇ ਗੱਲ ਤੋਂ ਹੀ ਉਹਨਾਂ ਨੇ
ਸਾਰੇ ਪਰਿਵਾਰ ਨੇ ਬਲਾਮ ਬਣਾ ਕੇ ਅਤੇ ਕੁੜੀ ਨੂੰ ਰਸੋਈ ਦੀ ਰੋਟੀਆਂ ਕੁੜੀ ਨੂੰ ਸਹੁਰੇ ਸਾਹਮਣੇ ਜਾ ਕੇ ਫੜ ਲਿਆ ਅਤੇ ਉਹ ਕੁੜੀ ਨੇ ਝਾੜਿਆ ਝੂੜਿਆ ਉਸ ਗੁੱਸੇ ਦੇ ਵਿੱਚ ਉਹਨਾਂ ਨੇ ਕੋਈ ਚੀਜ਼ ਦੇ ਦਿੱਤੀ ਹੈ ਸਾਨੂੰ ਇਹ ਸ਼ੱਕ ਹੈ ਕਿ ਕੁੜੀ ਦੀ ਮੌਤ ਜਿਹੜੀ ਹੈ ਇਹਨਾਂ ਉਹ ਦੇਣ ਕਾਰਨ ਹੋਈ ਹੈ ਇਸ ਕਰਕੇ ਜੋ ਸਰਕਾਰ ਵੱਧ ਤੋਂ ਵੱਧ ਇਹੋ ਜਿਹੇ ਬੰਦਿਆਂ ਨੂੰ ਸਜ਼ਾ ਦੇਵੇ ਅਤੇ ਗਾਹ ਸੁਧਾਰ ਹੋਵੇ ਕਰਦੇ ਜੇ ਮੰਗ ਇਹੋ ਹੀ ਕਰਨੇ ਹਾਂ ਇਹੋ ਜਿਹੇ ਬੰਦਿਆਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਬਣਦੀ ਸਜ਼ਾ ਉਹ ਵੱਧ ਤੋਂ ਵੱਧ ਦੇਣੀ ਚਾਹੀਦੀ ਹੈ ਗਾਹ ਹੋਰ ਵੀ ਸੁਧਾਰ ਹੋਵੇਗਾ ਜਿਹੜੀਆਂ ਇਹ ਦਾਜ ਦਿੱਤਾ ਮੰਗਦੀਆਂ ਨੇ ਉਹਨਾਂ ਨੂੰ ਨੱਥ ਪਏਗੀ ਲੜਕੀ ਠੀਕ ਨਹੀਂ ਸੀਗੀ ਕੀ ਚੱਕਰ ਸੀਗਾ ਉਹਦੇ ਇਲਾਜ ਕਰਾਉਣ ਲਈ ਲਾਈਵ ਨਹੀਂ ਕਰਾਉਂਦੇ ਲੜਕੀ ਉੱਥੋਂ ਬਿਮਾਰ ਆਉਂਦੀ ਹੈ ਸਾਨੂੰ ਸ਼ੱਕ ਪੈਂਦਾ ਵੀ ਇਹਨਾਂ ਨੇ ਕੋਈ ਦੇ ਦਿੱਤਾ ਅਸੀਂ ਲਿਆ ਕੇ ਉਹਦਾ ਇਲਾਜ ਲੂਜ ਕਰਾਇਆ ਅਤੇ ਉਹ ਇਲਾਜ ਠੀਕ ਨਹੀਂ ਹੋਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਅਜਨਾਲਾ ਦੇ SHO ਕਮਲਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਧਾਰਾ 174 ਅਧੀਨ ਕਾਰਵਾਈ ਕਰਦਿਆਂ ਹੋਇਆਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਰਿਪੋਰਟ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਔਰ ਸ਼ਾਹੋਵਾਲ ਦੀ ਇਹਦਾ ਆਈ ਸੀ ਕੰਪਲੇਂਟ ਵੀ ਇਹਦੀ ਡੈਥ ਹੋ ਗਈ ਆ ਉਸ ਸੰਬੰਧੀ 174 ਦੀ ਕਾਰਵਾਈ ਕਰਨ ਲੱਗੇ ਅਤੇ ਪੋਸਟਮਾਰਟਮ ਕਰਾ ਕੇ ਜੋ ਵੀ ਹਾਲਾਤ ਅੱਗੇ ਹੋਣਗੇ ਅਨੁਸਾਰ ਕਾਰਵਾਈ ਮੁੱਚ ਲੈਂਦੀ ਜਾਵੇਗੀ ਗੁਰਪਿਆਰੇ ਇੱਥੇ ਪੁਲਿਸ ਨੂੰ ਗਹਿਰਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਜੋ ਇਲਜ਼ਾਮ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਜਾ ਰਹੇ ਨੇ ਉਹਨਾਂ ਵਿੱਚ ਕਿੰਨੀ ਕੀ ਸੱਚਾਈ ਹੈ ਅਗਰ ਵਾਕਈ ਇਹ ਦਹੇਜ ਉਤਪੀੜਨ ਦਾ ਮਾਮਲਾ ਹੈ ਤਾਂ ਇਸ ਦੇ ਵਿੱਚ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਬੀਤੇ ਕੁਝ ਦਿਨਾਂ ਦੇ ਵਿੱਚ ਪੰਜਾਬ 'ਚ ਮੁੜ ਦਹੇਜ ਦੇ ਕਰਕੇ ਬਹੁਤ ਸਾਰੀਆਂ ਧੀਆਂ ਦੀ ਬਲੀ ਚੜਾਈ ਗਈ ਹੈ ਜਿਸ ਦੀਆਂ ਖ਼ਬਰਾਂ ਅਸੀਂ ਲਗਾਤਾਰ ਨਸ਼ਰ ਕਰ ਰਹੇ ਹਾਂ ਤੇ ਜੇਕਰ ਇਹ ਮਾਮਲਾ ਵੀ ਪੁਲਿਸ ਨੂੰ ਦਹੇਜ ਦਾ ਜਾਪਦਾ ਹੈ ਤਾਂ ਅਜਿਹੇ ਘਟੀਆ ਸਾਰਾ ਪਰਿਵਾਰ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਦਿਆਂ ਹੋਇਆ ਇਹਨਾਂ ਨੂੰ ਸਲਾਖਾਂ ਪਿੱਛੇ ਜ਼ਰੂਰ ਪਹੁੰਚਾਉਣਾ ਚਾਹੀਦਾ ਹੈ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਗੁਰਬਾਣੀ ਅਖੰਡ ਬਾਣੀ ਵਾਸਤੇ ਅਜਨਾਲਾ ਤੋਂ ਜਗਜੀਤ ਸਿੰਘ ਅਜਨਾਲਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।